ਆਪਣੀ ਬੀਬੀ ਹਰਸਿਮਰਤ ਕੌਰ ਸਾਡੇ ਪਿਆਰੇ ਭੈਣ ਜੀ ਉਹਨਾਂ ਦੀ ਟਿਕਟ ਨਹੀਂ ਲੌਸ ਹੋਈ ਬਠਿੰਡੇ ਤੋਂ ਭੱਜਣ ਨੂੰ ਫਿਰਦੇ ਆ ਰਾਹ ਲੱਭਦੇ ਹੁਣ ਸੁਖਬੀਰ ਨੇ ਪਹਿਲਾਂ ਕਹਿਤਾ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਅੱਜ ਬਠਿੰਡੇ ਦੀ ਸੀਟ ਅਜੇ ਲੌਸ ਨਹੀਂ ਹੋਈ ਪਤਾ ਨਹੀਂ ਕਿੱਧਰ ਦਾ ਰਸਤਾ ਲੱਭਣ ਕਿਉਂਕਿ ਜਿੱਦਣ ਮਾਨ ਸਾਹਿਬ ਚੋਣ ਮੈਦਾਨ ਚ ਉਤਰਨਗੇ ਤੁਹਾਨੂੰ ਉਦੋਂ ਪਤਾ ਲੱਗੂ ਕਿ 13-0 ਕਿੱਦਾਂ ਹੁੰਦਾ ਇਹ ਬੰਦੇ ਬੀਜੇਪੀ 740 ਕਿਸਾਨ ਸ਼ਹੀਦ ਕਰਕੇ 1.5 ਸਾਲ ਬਾਰਡਰਾਂ ਤੇ ਬੈਠੇ ਨੇ ਸਾਡੇ ਰਸਤੇ ਰੋਕੇ ਪਏ ਆ ਤੁਸੀਂ ਸਾਡੇ ਰਾਜ ਕੰਡੇ ਬੀਜੋ ਸਾਡੇ ਰਾਜ ਤਾਰਾ ਲਾਓ ਸਾਡੇ ਰਾਜ ਲੈਂਟਰ ਪਾਓ ਤੇ ਤੁਸੀਂ ਦਿੱਲੀ ਨਹੀਂ ਜਾ ਸਕਦੇ ਤੇ ਸਰ ਤੁਸੀਂ ਹੁਣ ਪੰਜਾਬ ਚ ਪਿੰਡਾਂ ਚ ਵੋਟਾਂ ਮੰਗੋ ਏਦਾਂ ਨਹੀਂ ਹੁੰਦਾ ਸਰ ਪੰਜਾਬੀ ਏਦਾਂ ਨਹੀਂ ਹੁੰਦੇ ਏਦਾਂ ਨਹੀਂ ਹੁੰਦੇ ਪੰਜਾਬੀ ਨਹੀਂ ਏਦਾਂ ਕਰਦੇ ਪੰਜਾਬੀਆਂ ਦਾ ਮਾਣ ਪੰਜਾਬੀਆਂ ਦਾ ਸਤਿਕਾਰ ਪਿਆਰ ਜੇ ਇਹਨਾਂ ਨੂੰ ਗਲੇ ਲਾਓ ਲੱਗਣਗੇ ਜੇ ਜਿੱਦਾਂ ਦੀ ਭਾਜੀ ਪਾਓਗੇ ਉਦਾਂ ਦੀ ਬੋਲਣਗੇ ਖੁਦ ਵੋਟ ਕਾਰਡ ਦਿਓ ਇਹਨਾਂ ਕੋਲ ਵੋਟ ਕਾਰਡ ਪੁੱਛੋ ਸਰ ਬੀਜੇਪੀ 10 ਸਾਲ ਹਿੰਦੁਸਤਾਨ ਤੋਂ ਰਾਜ ਕਰ ਲਿਆ ਉਹਨਾਂ ਕਹਿੰਦੇ ਲਿਆਓ ਵੋਟ ਕਾਰਡ ਕਾਂਗਰਸ ਉਹਨਾਂ ਕਹਿੰਦੇ ਲਿਆਓ ਵੋਟ ਕਾਰਡ ਕੀ ਹੈ ਤੁਹਾਡਾ ਅਕਾਲੀ ਪੰਥਕ ਪਾਰਟੀ ਉਹਨਾਂ ਦਾ ਉਮੀਦਵਾਰ ਵੀ ਹੋਣਾ ਜਿਹੜੇ ਕਹਿੰਦੇ ਅਸੀਂ ਪੰਥ ਦੇ ਸਭ ਤੋਂ ਵੱਡੇ ਠੇਕੇਦਾਰ ਆ ਸਾਡੇ ਤੋਂ ਵੱਡਾ ਹੋਰ ਕੋਈ ਨਹੀਂ ਉਹ ਵੀ ਉਮੀਦਵਾਰ ਆਊ ਤੁਹਾਡੇ ਬਸ ਮੇਰੀ ਤੁਹਾਨੂੰ ਬੇਨਤੀ ਹੈ ਕਿ ਸਰ ਰਿਪੋਰਟ ਕਾਰਡ ਜ਼ਰੂਰ ਲੈਣਾ ਜੀ ਇੱਕ ਵਾਰ ਮੌਕਾ ਦੇ ਦਿਓ ਤੁਸੀਂ ਚੁਣ ਕੇ ਭੇਜਿਆ ਸੀ ਸਰ ਜੀ ਤੁਹਾਡੇ ਸਾਹਮਣੇ ਖੜਾ ਮੰਤਰੀ ਹਿੰਦੁਸਤਾਨ ਦੇ ਵਿੱਚ ਕੱਲਾ ਇੱਦਾਂ ਦਾ ਮੰਤਰੀ ਹੈ ਕੱਲਾ ਇੱਦਾਂ ਦਾ ਮਿਲ ਹੈ ਜਿਹਨੇ ਆਪਣੇ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਸਰ ਜਾਣ ਦਿਓ ਮੋਤੀਆਂ ਲਿਓ ਨਾਲ ਲੀਡਰਾਂ ਨੂੰ ਖਵਾਓ ਉਹ ਲੀਡਰਾਂ ਨੂੰ ਬਚਾ ਲਓ ਇਹ ਚੀਜ਼ਾਂ ਮਾਲਕਾ ਮੈਂ ਤਾਂ ਲੋਕਾਂ ਨੂੰ ਕਹਿੰਦਾ ਬਦਾਮ ਗਿਰੀਆਂ ਮੈਂ ਪੁੱਛਿਆ ਲੀਡਰਾਂ ਨੂੰ ਕਿਉਂ ਖਵਾਉਂਦੇ ਜਾ ਕਿਉਂ ਖਵਾਉਂਦੇ ਮੈਂ ਰੋਜ਼ ਹੀ ਲੋਕਾਂ ਨੂੰ ਕਹਿੰਦਾ ਇਹਨਾਂ ਨੂੰ ਨਾ ਬਦਾਮ ਖਵਾਇਆ ਕਰੋ ਨਾ ਕਾਜੂ ਖਵਾਇਆ ਕਰੋ ਇਹ ਖਾ ਕੇ ਤੁਹਾਡੀਆਂ ਸਕੀਮਾਂ ਲਾਉਂਦੇ ਮੁੜ ਕੇ ਵੀ ਲੁੱਟਣਾ ਕਿੱਦਾਂ ਇਹਨਾਂ ਨੂੰ ਪਾਣੀ ਚਾਹ ਪਿਆ ਕਰੋ ਮੈਂ ਆਪਣੇ ਹਲਕੇ ਚ ਬੰਦ ਕਰਤੇ ਕਾਜੂ ਕੁਜੂ ਖਾਣੇ ਖੋਣੇ ਕੋਈ ਨਾਲੇ ਦੇ ਦੁਕਾਨਦਾਰ ਇਕੱਠੇ ਹੋ ਕੇ ਆ ਕੇ ਕਹਿੰਦੇ ਧਾਰੀਆ ਸਾਹਿਬ ਅਸੀਂ ਕੀ ਵਿਗਾੜਿਆ ਮੈਂ ਕੀ ਹੋਇਆ ਕਹਿੰਦਾ ਜੀ ਜਿੱਦਾਂ ਦੀ ਤੁਸੀਂ ਪਾਬੰਦੀ ਲਾਈ ਸਾਡੀ ਤਾਂ ਦੁਕਾਨ ਹੀ ਬੰਦ ਹੋ ਗਈ ਉਹ ਸਾਡੇ ਤਾਂ ਜਿਹੜਾ ਕਿ ਕਾਂਗਰਸ ਅਕਾਲੀ ਜਿੱਦਣ ਆਉਂਦੇ ਸੀ 10-10 ਕਿਲੋ ਡਰਾਈ ਫਰੂਟ ਚੱਲ ਜਾਂਦਾ ਸੀ ਹੁਣ ਕੋਈ ਆਉਂਦਾ ਹੀ ਨਹੀਂ ਤੁਹਾਡਾ ਬੰਦਾ ਡਰਾਈ ਫਰੂਟ ਲੈਣ ਉਹ ਮੈਂ ਕਿਹਾ ਮੈਂ ਸਭ ਨੂੰ ਸਮਝਾਇਆ ਚਾਹ ਜਦੋਂ ਤੁਹਾਡੇ ਘਰ ਕੋਈ ਤੀਜਾ ਬੰਦਾ ਆਉਂਦਾ ਜਿਹੜਾ ਜਿਹਨੂੰ ਤੁਸੀਂ ਜਾਣਦੇ ਨਹੀਂ ਆ ਗਲੀ ਦੇ ਵਿੱਚੋਂ ਦੀ ਲੰਘਦਾ ਆ ਕੇ ਆਵਾਜ਼ ਮਾਰਦਾ ਚੌਂਕੇ ਚ ਖੜੀ ਮੇਰੀ ਮਾਂ ਤੇ ਮੇਰੀ ਭੈਣ ਉਹਨੂੰ ਕੀ ਕਹਿੰਦੀ ਆ ਕਹਿੰਦੀ ਭਾਈ ਚਾਹ ਪਾਣੀ ਪੀ ਕੇ ਜਾਈ ਚਾਹ ਤੇ ਪਾਣੀ ਅਸੀਂ ਹਰ ਬੰਦੇ ਦਾ ਸਤਿਕਾਰ ਕਰਦੇ ਜਦੋਂ ਸਾਡੇ ਘਰੀ ਕੋ ਆਉਂਦਾ ਅਸੀਂ ਕਦੀ ਕਿਹਾ ਮਿੱਠੀਆਂ ਖਾ ਕੇ ਜਾਈ ਗੁਲਾਬ ਜਾਮੁਨ ਨੂੰ ਖਾ ਕੇ ਜਾਈ ਕਦੀ ਕਿਸੇ ਨੂੰ ਕਿਹਾ ਸਮੋਸੇ ਖਾ ਕੇ ਜਾਈ ਕਾਜੂਆਂ ਦਾ ਨਵਾਂ ਰੱਟਾ ਪੈ ਗਿਆ ਚਾਹ ਤੇ ਪਾਣੀ ਸਰ ਬਸ ਦੋ ਹੀ ਚੀਜ਼ਾਂ ਇੱਕ ਇਹਨਾਂ ਨੂੰ ਲੀਡਰਾਂ ਨੂੰ ਅੰਦਰ ਭਾ ਕੇ ਚਾਹ ਨਾ ਪਿਆ ਕਰੋ ਆ ਜਦੋਂ ਤੁਸੀਂ ਅੰਦਰ ਲੈ ਲਓ ਸੋਫਿਆਂ ਦੇ ਇਹਨਾਂ ਨੂੰ ਖੜਦੇ ਰਹੇ ਤੁਸੀਂ ਸਾਰਾ ਮਰਿਆ ਮੇਟ ਕਰਤਾ ਇਹਨਾਂ ਨੇ ਇਹਨਾਂ ਨੂੰ ਸਰ ਆਮ ਆਦਮੀ ਪਾਰਟੀ ਹੈ ਆਮ ਬੰਦੇ ਕੋਈ ਹੋਰ ਬੰਦੇ ਨਹੀਂ ਸਰ 5 ਕਿੱਲੇ ਵਾਲਾ ਮੰਤਰੀ ਆ ਤੁਹਾਡੇ ਸਾਹਮਣੇ ਬੋਲਣ ਡਿਆ
ਤੁਹਾਡੇ ਵਰਗੀ ਹੈ। ਜਿੱਦਾਂ ਦੀ ਚਾਹ ਤੁਸੀਂ ਪੀਂਦੇ ਹੋ ਇੱਦਾਂ ਦੀ ਮੈਂ ਪੀਣੀ ਭਾਵੇਂ ਜੋ ਬਣਦੀ ਹੋ ਜੇ। ਮੈਂ ਨੀ ਕਹਿੰਦਾ, ਕਹਿੰਦਾ ਨਾਲ ਹੋਵੇ ਕਈ ਪਿਆਉਂਦਾ ਚਲੋ ਜੀ, ਮੈਂ ਕਿਹਾ ਨਾ ਭਾਈ ਮੈਂ ਨੀ ਹੁੰਦਾ ਜਦੋਂ ਮੈਂ ਤਾਂ ਕਦੀ ਨੀ ਜਾਂਦਾ ਖੋਣੇ ਉਹ ਕਾਜੂ ਆ ਬਾਹਰ ਨੂੰ ਚਿੰਤਾ ਹੁੰਦੀ ਮੰਤਰੀ ਦੇ ਅੰਦਰ ਪਤਾ ਨੀ ਕੀ ਖਾ ਲਿਆ। ਮੈਂ ਕਿਹਾ ਨਾ ਵੀ ਆਪਾਂ ਦੇ ਅੰਦਰ ਜਾਂਦੇ ਲੋਕਾਂ ਚ ਬਹਿ ਕੇ ਪੀਵਾਂਗੇ। ਸੋ ਮੈਂ ਜਦੋਂ ਮੰਤਰੀ ਬਣਿਆ ਸੀਗਾ 11,000 ਏਕੜ ਜ਼ਮੀਨ ਪੰਜਾਬ ਦੇ ਵੱਖ ਵੱਖ ਕਰਕੇ ਜੋ ਛਡਾ ਕੇ ਦਿੱਤੀ, ਜਿਹਦੀ ਕੀਮਤ 3,000 ਕਰੋੜ ਸੀਗੀ, ਜਿਹੜਾ ਅੱਜ ਤੱਕ ਹਿੰਦੁਸਤਾਨ ਦੇ ਕੇ ਸੂਬੇ ਦਾ ਕੋਈ ਮੰਤਰੀ ਐਮਐਲਏ ਨਹੀਂ ਕਰ ਸਕਿਆ। ਇੱਕ ਮੌਕਾ ਦੇ ਦਿਓ, ਤੁਸੀਂ ਅਸੈਂਬਲੀ ਦੇ ਵਿੱਚ ਭੇਜਿਆ ਸੀਗਾ, ਇੱਕ ਵਾਰ ਲੋਕ ਸਭਾ ਚ ਭੇਜ ਦਿਓ, ਜਦੋਂ ਬੋਲਿਆ ਕਰਾਂਗੇ, ਜਦੋਂ ਤੁਹਾਡੇ ਮਸਲੇ ਉਠਾਇਆ ਕਰਾਂਗੇ, ਜਦੋਂ ਕੰਡੇ ਵਾਲੀ ਤਾਰ ਦੇਖ ਲਏ ਮਸਲੇ ਉਠਾਇਆ ਕਰਾਂਗੇ, ਜਦੋਂ ਇੱਥੇ ਦੇ ਮਸਲੇ ਉਠਾਇਆ ਕਰਾਂਗੇ, ਤੁਹਾਨੂੰ ਪਤਾ ਲੱਗਿਆ ਕਿ ਤੁਹਾਡਾ ਕੋਈ ਬੱਚਾ ਬੋਲਣ ਡਿਆ ਉੱਥੇ। ਤੁਸੀਂ ਇੱਕ ਵਾਰ ਉੱਥੇ ਭੇਜ ਦਿਓ, ਤੁਹਾਨੂੰ ਕੋਈ ਲਾਮਾ ਨਹੀਂ ਆਉਂਦਾ, ਤੁਹਾਨੂੰ ਹਰ ਚੀਜ਼ ਇਹ ਮੈਨੂੰ ਕਹੀ ਜਾਂਦੇ ਆ ਕਿੰਨੀ ਆਪਣੀ ਲੀਡ ਕਿੰਨੀ ਤੁਹਾਡੀ, ਇਹ ਕਹਿੰਦੇ ਮੈਨੂੰ ਉਦੋਂ ਤੇ ਕਹੀ ਜਾਂਦੇ ਮੇਰੀ 20,000 ਲੀਡ ਸੀਗੀ, ਮੈਂ ਤੁਹਾਡੀ 30,000 ਕਰ ਦੇਣੀ ਜੀ। ਤੇ ਮੈਂ ਇਹਨਾਂ ਨੂੰ ਕਿਹਾ ਜਿਹੜੇ ਹਿਸਾਬ ਨਾਲ ਲੀਡ ਹੋਊਗੀ ਉਸੇ ਹਿਸਾਬ ਨਾਲ ਫੰਡ ਤੁਹਾਨੂੰ ਰਿਲੀਜ਼ ਹੋਣਗੇ, ਜਿੰਨੇ ਵਧਾ ਦਿਓਗੇ ਉਨੇ ਪੈਸੇ ਵਧਾ ਦਿਆਂਗੇ, ਉਨੇ ਤੁਹਾਡੇ ਮਸਲੇ ਵੱਧ ਹੱਲ ਕਰ ਦਿਆਂਗੇ। ਤੁਹਾਡੇ ਵਰਗੇ ਆ, ਤੁਹਾਡੇ ਬੱਚੇ ਆ, ਤੁਹਾਡੇ ਵਿੱਚੋਂ ਆ, ਛੋਟੇ ਜਿਹੇ ਕਿਸਾਨ ਦੇ ਪੁੱਤ ਆ। ਆਮ ਆਦਮੀ ਪਾਰਟੀ ਬਣਨੀ ਸੀ, ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਬਣਾਉਣੀ ਸੀ, ਅਸੀਂ ਐਮਐਲਏ ਬਣਨਾ ਸੀਗਾ, ਤੁਸੀਂ ਸਾਨੂੰ ਵੋਟਾਂ ਪਾਈਆਂ, ਪਰ 2 ਸਾਲ ਤੁਹਾਡੇ ਪੁੱਤਰ ਨੇ ਤੁਹਾਨੂੰ ਗੁਲਾਮਾਂ ਨਹੀਂ ਦਵਾਇਆ, 2 ਸਾਲ 24 ਘੰਟੇ ਲੋਕਾਂ ਦੀ ਸੇਵਾ ਕੀਤੀ ਹੈ। ਜਿੱਦਾਂ ਲੋਕ ਸਭਾ ਚ ਭੇਜ ਦੋਗੇ ਉਹ ਤੋਂ ਬਾਅਦ ਵੇਖੋ ਤੁਸੀਂ ਕੀ ਬਣਦਾ। ਪਰ ਜਿਹੜੇ ਦੂਜੇ ਆਉਣੇ, ਜਿਹੜੇ ਦੂਜੇ ਆਉਣੇ ਕਾਂਗਰਸ ਵਾਲੇ ਬੀਜੇਪੀ ਵਾਲੇ, ਉਹ ਪੰਥਕ ਧਰਮ ਦੇ ਠੇਕੇਦਾਰ ਜਦੋਂ ਆਉਣਗੇ ਉਹਨਾਂ ਨੂੰ ਪੁੱਛਿਓ ਬਈ ਕੀਤਾ ਕੀ ਜੇ ਲਿਆਓ ਦੱਸੋ। ਅਸੀਂ ਨੇ 2 ਸਾਲ ਚ ਜੋ ਕੀਤਾ, ਜਿਹੜੀ ਗਰੰਟੀ ਦਿੱਤੀ ਸੀ, ਅੱਜ ਕਹਿੰਦੇ ਬੀਜੇਪੀ ਨੇ ਚੋਣ ਮੈਨੀਫੈਸਟੋ ਜਿਹੜਾ ਜਾਰੀ ਕੀਤਾ ਮੈਨੂੰ ਸਵੇਰੇ ਮੀਡੀਆ ਕਹਿਣ ਡਿਆ। ਮੈਂ ਕਿਹਾ ਜਿਹੜਾ 10 ਸਾਲ ਪਹਿਲਾਂ ਕੀਤਾ ਉਹ ਕਿੱਥੇ ਗਿਆ ਜੀ? 10 ਸਾਲ ਪਹਿਲਾਂ ਮੋਦੀ ਕਹਿੰਦਾ ਸੀ 15-15 ਲੱਖ ਹਰ ਕੇ ਅਕਾਊਂਟ ਮੇ ਜਾਏਗਾ, 2 ਕਰੋੜ ਸਾਲ ਕੀ ਨੌਕਰੀ ਦੇਗੇ, ਜੇ ਜੋ ਆਪਕਾ ਗੈਸ ਸਿਲੰਡਰ ਆਪਕੋ ਫ੍ਰੀ ਮੇ ਮਿਲੇਗਾ, ਪਤਾ ਨੀ ਕੀ ਕੀ ਕਹਿੰਦੇ ਸੀ। ਉਹ ਗੈਸ ਸਿਲੰਡਰ ਉੱਥੇ 300 ਦਾ ਸੀ, ਹੁਣ ਵੇਖੋ ਤੁਸੀਂ ਕਿੱਥੇ ਚਲ ਗਏ। ਮੈਂ ਕਿਹਾ ਪਹਿਲਾਂ ਤੈਨੂੰ ਪੁੱਛ ਲਓ ਵੀ ਜਿਹੜਾ 10 ਸਾਲ ਪਹਿਲਾਂ 5 ਸਾਲ ਪਹਿਲਾਂ ਜਿਹੜਾ ਚੋਣ ਮੈਨੀਫੈਸਟੋ ਦਿੱਤਾ ਸੀ ਉਹ ਲਾਗੂ ਕਰਤਾ ਜੇ ਪਿਓ ਦੇ ਪੁੱਤੋ? ਅਗਲਾ ਚੋਣ ਮੈਸਟਰੀ ਦੇ ਤੋਂ ਪਹਿਲਾਂ ਜੋ 2 ਸਾਲ ਅਸੀਂ ਕੀਤਾ ਉਹ ਰਿਪੋਰਟ ਲਓ, ਜੋ 10 ਸਾਲ ਇਹਨਾਂ ਨੇ ਕੀਤਾ ਇਹਨਾਂ ਕੋਲ ਰਿਪੋਰਟ ਲਓ। ਬਸ ਮੈਂ ਤੁਹਾਨੂੰ ਬੇਨਤੀ ਕਰਨਾ ਆ, ਬਾਰਡਰ ਦੇ ਲੋਕਾਂ ਲਈ ਲੜਨਾ ਮੇਰੇ ਮਨ ਚ ਆ। ਜਦੋਂ ਮੈਂ ਖੇਤੀਬਾੜੀ ਮੰਤਰੀ ਸੀਗਾ ਉਦੋਂ ਮੈਂ ਇੱਕ ਪ੍ਰਪੋਜ਼ਲ ਹਿੰਦੁਸਤਾਨ ਦੀ ਸਰਕਾਰ ਦਾ ਬਹੁਤ ਲੰਬੀ ਚੌੜੀ ਡਿਸਕਸ ਕੀਤੀ ਸੀਗੀ ਕਿ ਜਿਹੜਾ ਬਾਰਡਰ ਦਾ ਏਰੀਆ ਇਹਦੇ ਵਿੱਚ ਸਾਡੇ ਕਿਸਾਨਾਂ ਨੂੰ, ਖੇਤੀ ਪ੍ਰਧਾਨ ਸੂਬਾ, ਇੱਥੇ ਜਿਹੜਾ ਐਗਰੀਕਲਚਰ ਬੇਸਡ ਐਗਰੋ ਬੇਸਡ ਇੰਡਸਟਰੀ ਜਿਹੜੀ ਹੈ ਉਹ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ, ਬਿਨਾਂ ਵਿਆਜ ਤੋਂ ਉਹਨਾਂ ਨੂੰ
ਜਿਹੜਾ ਕਰਜ਼ਾ ਦਿੱਤਾ ਜਾਵੇ ਤਾਂ ਜੋ ਆਪਣੀ ਇੰਡਸਟਰੀ ਲਾਉਣ, ਉਹ ਆਪਣੇ ਦੁੱਧ ਦੇ ਪ੍ਰੋਡਕਟ ਛੋਟੀਆਂ ਛੋਟੀਆਂ ਇੰਡਸਟਰੀ ਲਾ ਕੇ ਆਪਣੀਆਂ ਸਬਜ਼ੀਆਂ ਫਲਾਂ ਨੂੰ ਇੱਥੇ ਤਿਆਰ ਕਰਨ, ਉਹ ਵੇਚਣ ਤੇ ਸਾਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ। ਅਸੀਂ ਇੱਥੇ ਆਪਣਾ ਕੰਮ ਕਰ ਸਕਦੇ ਹਾਂ। ਇਹ ਲੜਾਈ ਮੈਂ ਤੁਹਾਡੀ ਜਾ ਕੇ ਲੋਕ ਸਭਾ ਦੇ ਵਿੱਚ ਲੜਨੀ ਹੈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਗੋਲਡੀ ਜੀ ਬੱਲੇ ਬੱਲੇ ਹੀ ਆ, ਇਹ ਬੜੇ ਮਿਹਨਤੀ ਬੰਦੇ ਆ। ਇਹਨਾਂ ਨੇ ਸਵੇਰੇ ਆਪਣੇ ਹੋਟਲ ਤੇ ਬੜਾ ਇਜਤਮਾ ਦਿੱਤਾ। ਜਿੰਨੇ ਪਾਰਟੀ ਦੇ ਬੰਦੇ, ਜਿੰਨੇ ਤੁਸੀਂ ਲੋਕ ਬੈਠੇ ਹੋ, ਆਪਾਂ ਸਾਰੇ 10 ਸਾਲ ਪਹਿਲਾਂ ਇਹ ਪਾਰਟੀ ਨਾਲ ਤੁਰੇ ਹਾਂ। ਕੋਈ ਨਵਾਂ ਨਹੀਂ, ਕੋਈ ਪੁਰਾਣਾ ਨਹੀਂ। 10 ਸਾਲ ਕਿਹੜੀ ਵੱਡੀ ਗੱਲ ਆ? ਆ 10-11 ਸਾਲ ਦੀ ਪਾਰਟੀ ਬਣੀ, ਦੋ ਸੂਬਿਆਂ ਸਰਕਾਰਾਂ ਬਣ ਗਈਆਂ, ਪਾਰਟੀ ਨੈਸ਼ਨਲ ਪਾਰਟੀ ਹੋ ਗਈ ਹੈ। ਸੋ ਤੁਹਾਡਾ ਸਭ ਦਾ ਧੰਨਵਾਦ, ਆਪਣੇ ਵਰਕਰਾਂ ਦਾ ਧੰਨਵਾਦ। ਤਕੜੇ ਹੋ ਜਾਓ, ਆਪਾਂ ਜੰਗ ਜਿੱਤਣੀ ਹੈ। ਜੇ ਪੰਜਾਬ ਦੇ 13 MP ਜਿੱਤ ਕੇ ਚਲੇ ਗਏ, ਸਭ ਜਿੱਤਣੇ। ਜੇ ਅੱਜ ਦੀ ਅਖਬਾਰ ਪੜ੍ਹੀ, ਕੱਲ ਦੀ ਵੀ ਪੜ੍ਹੀ ਹੋਣੀ ਤੁਸੀਂ, ਅਕਾਲੀ ਦਲ ਆਪਣੀ ਬੀਬੀ ਹਰਸਿਮਰਤ ਕੌਰ, ਸਾਡੇ ਪਿਆਰੇ ਭੈਣ ਜੀ, ਉਹਨਾਂ ਦੀ ਟਿਕਟ ਨਹੀਂ ਲੌਸ ਹੋਈ, ਬਠਿੰਡੇ ਤੋਂ ਭੱਜਣ ਨੂੰ ਫਿਰਦੇ ਆ, ਰਾਹ ਲੱਭਦੇ। ਹੁਣ ਸੁਖਬੀਰ ਨੇ ਪਹਿਲਾਂ ਕਹਿਤਾ ਕਿ ਮੈਂ ਇਲੈਕਸ਼ਨ ਨਹੀਂ ਲੜਨੀ। ਅੱਜ ਬਠਿੰਡੇ ਦੀ ਸੀਟ ਅਜੇ ਲੌਸ ਨਹੀਂ ਹੋਈ, ਪਤਾ ਨਹੀਂ ਕਿੱਧਰ ਦਾ ਰਸਤਾ ਲੱਭਣ। ਕਿਉਂਕਿ ਜਿੱਦਣ ਮਾਨ ਸਾਹਿਬ ਚੋਣ ਮੈਦਾਨ ਚ ਉਤਰਨਗੇ, ਤੁਹਾਨੂੰ ਉਦੋਂ ਪਤਾ ਲੱਗੂ ਕਿ 13-0 ਕਿੱਦਾਂ ਹੁੰਦਾ। ਇਹ ਬੰਦੇ ਬੀਜੇਪੀ 740 ਕਿਸਾਨ ਸ਼ਹੀਦ ਕਰਕੇ 1.5 ਸਾਲ ਬਾਰਡਰਾਂ ਤੇ ਬੈਠੇ ਨੇ, ਸਾਡੇ ਵਸਤੇ ਰੋਕੇ ਪਏ ਆ। ਤੁਸੀਂ ਸਾਡੇ ਰਾਜ ਕੰਡੇ ਬੀਜੋ, ਸਾਡੇ ਰਾਜ ਤਾਰਾ ਲਾਓ, ਸਾਡੇ ਰਾਜ ਲੈਂਟਰ ਪਾਓ, ਤੇ ਤੁਸੀਂ ਦਿੱਲੀ ਨਹੀਂ ਜਾ ਸਕਦੇ। ਤੇ ਸਰ ਤੁਸੀਂ ਹੁਣ ਪੰਜਾਬ ਚ ਪਿੰਡਾਂ ਚ ਵੋਟਾਂ ਮੰਗੋ? ਏਦਾਂ ਨਹੀਂ ਹੁੰਦਾ ਸਰ, ਪੰਜਾਬੀ ਏਦਾਂ ਨਹੀਂ ਹੋਣ ਦਿੰਦੇ, ਏਦਾਂ ਨਹੀਂ ਹੁੰਦੇ। ਪੰਜਾਬੀ ਨਹੀਂ ਏਦਾਂ ਕਰਦੇ। ਪੰਜਾਬੀਆਂ ਦਾ ਮਾਣ, ਪੰਜਾਬੀਆਂ ਦਾ ਸਤਿਕਾਰ, ਪਿਆਰ ਜੇ ਇਹਨਾਂ ਨੂੰ ਗਲੇ ਲਾਓ, ਇਹਨੇ ਲੱਗਣਗੇ। ਜੇ ਜਿੱਦਾਂ ਦੀ ਭਾਜੀ ਪਾਓਗੇ ਉਦਾਂ ਦੀ ਬੋਲਣਗੇ। ਸੋ ਇਹਨਾਂ ਲੋਕਾਂ ਨੂੰ ਮੂੰਹ ਨਹੀਂ ਲਾਉਣਾ। ਇਹਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ, ਸਾਡੀ ਖੇਤੀਬਾੜੀ ਦਾ ਬਹੁਤ ਨੁਕਸਾਨ ਕੀਤਾ। ਤੁਹਾਨੂੰ ਬੇਨਤੀ ਹੈ ਕਿ ਆਪਣਾ ਇੱਕ ਕੀਮਤੀ ਵੋਟ ਜਿਹੜਾ 1 ਜੂਨ ਨੂੰ ਤੁਸੀਂ ਝਾੜੂ ਦੇ ਚੋਣ ਨਿਸ਼ਾਨ ਦੇ ਉੱਤੇ ਪਾਉਣਾ, ਝਾੜੂ ਦੇ ਚੋਣ ਨਿਸ਼ਾਨ ਵਾਲਾ ਜਿਹੜਾ ਬਟਨ ਦੱਬਣਾ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।